ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਪੰਜਾਬ ਚ ਇਥੇ ਆਟੋ ਚ ਬੈਠੇ ਨੌਜਵਾਨ ਦੋ ਲੁਟੇਰਿਆਂ ਵੱਲੋਂ ਖੋਇਆ ਮੋਬਾਈਲ 50 ਮੀਟਰ ਤੱਕ ਕਸੀਟ ਕੇ ਲੈ ਗਏ ਸੀਸੀਟੀਵੀ ਚ ਹੋਈ ਘਟਨਾ ਕੈਦ ਤਾਜ਼ਾ ਵੱਡੀ ਕਵਰ ਕਵਰਨੀ ਸ਼ੁਰੂ ਕਰ ਰਹੇ ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬੀ ਛੋਟੋ ਵਿਚ ਬੈਠੇ ਨੌਜਵਾਨ ਨੂੰ ਲੁਟੇਰਿਆਂ ਵੱਲੋਂ ਮੋਬਾਈਲ ਖੋਲਿਆ ਗਿਆ 50 ਮੀਟਰ ਦਾ ਕੁਸਨੂਕਾ ਸੇਟ ਕੇ ਲਿਆ ਗਿਆ ਇਹ ਘਟਨਾ ਉੱਥੇ ਲੱਗੇ ਸੀ ਸਟੇਜ ਵਿੱਚ ਕੈਦ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਅੰਮ੍ਰਿਤਸਰ ਦੇ 6 ਬਾਲ ਦੋ ਤੇ ਜਾ ਰਹੇ ਔਟੋ ਵਿੱਚ ਬੈਠੇ ਨੌਜਵਾਨ ਦਾ ਬਾਈਕ ਸਵਾਰ ਲੁਟੇਰਿਆਂ ਵੱਲੋਂ ਮੋਬਾਈਲ ਖੋਣ ਦੀ ਘਟਨਾ ਸਾਹਮਣੇ ਦੱਸਿਆ ਗਿਆ ਕਿ ਜਿੱਥੇ ਇੱਕ ਨੌਜਵਾਨ ਔਟੋ ਵਿੱਚ ਸਵਾਰ ਸੀ ਉਦੋਂ ਹੀ ਪਿੱਛੋਂ ਤੋਂ ਆਏ ਦੋ ਮੋਟਰਸਾਈਕਲ ਸਵਾਰ ਵੱਲੋਂ ਔਟੋ ਵਿੱਚ ਬੈਠੇ ਉਸ ਨੌਜਵਾਨ ਤੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਗਈ ਅੱਧਾ ਫੋਨ ਨੌਜਵਾਨ ਦੇ ਹੱਥ ਅੱਧਾ ਲੁਟੇਰੇ ਦੇ ਹੱਥ ਹੈ ਜਿਸ ਕਾ ਨੌਜਵਾਨ ਆਟੋ ਤੋਂ ਹੇਠਾ ਡਿੱਗ ਪਿਆ ਤੇ சுரேਸ਼ ਕੁਮਾਰ ਨੂੰ 50 ਮੀਟਰ ਦੂਰੀ ਤੱਕ ਘਸੀਟ ਕੇ ਲਿਆ ਗਿਆ ਇਸ ਮੌਕੇ ਸ਼੍ਰੀ ਕੁਮਾਰ ਗੰਭੀਰ ਰੂਪ ਨਾਲ ਲਖਮੀ ਹੋ ਗਿਆ ਉਸਦੇ ਤੋਂ ਮੋਬਾਈਲ ਲੁਟੇਰੇ ਖੋ ਕੇ ਲੈ ਗਏ ਸਾਰੀ ਘਟਨਾ ਸਥਾਨ ਤੇ ਲੱਗੇ ਸਾਰੀ ਘਟਨਾ ਜਿਹੜੀ ਉਸ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਇਸ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਫੋਲੋਸ ਜਗਾ ਤੇ ਲੱਗੇ ਸੀਸੀਟੀਵੀ ਕੈਮਰੇ ਨੂੰ ਖੁੰਗਾਲ ਲੈ ਗਏ ਖਬਰਾਂ ਅੰਦਰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ